ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਮਾਲਵਾ ਜ਼ੋਨ 2 ਦੇ ਵਿਧਾਇਕਾਂ ਦੇ ਨਾਲ ਅੱਜ ਪੰਜਾਬ ਮੁੱਖ ਮੰਤਰੀ ਦੀ ਮੀਟਿੰਗ ਜਿਹੜੀ ਹੈ ਪ੍ਰੀ ਬਜਟ ਮੀਟਿੰਗ ਉਹ ਚੱਲ ਰਹੀ ਹੈ। ਇਸ ਵੇਲੇ ਅਸੀਂ ਮੌਜੂਦ ਹਾਂ ਪੰਜਾਬ ਭਵਨ ਦੇ ਬਾਹਰ ਜਿੱਥੇ ਕਿ ਮੀਟਿੰਗ ਜਿਹੜੀ ਜਾ ਰਹੀ ਹੈ। ਮਾਲਵਾ ਜ਼ੋਨ 2 ਦੀ ਜਿਹੜੀ ਮੀਟਿੰਗ ਹੈ ਉਹ ਆਪਣੇ ਆਪ 'ਚ ਕਾਫੀ ਅਹਿਮੀਅਤ ਰੱਖਦੀ ਹੈ ਕਿਉਂਕਿ ਪੰਜਾਬ ਦੇ CM ਡਿਪਟੀ CM ਹਮੇਸ਼ਾ ਹੀ ਮਾਲਵਾ ਜ਼ੋਨ ਤੋਂ ਰਹੇ ਨੇ ਅਤੇ ਜਿਹੜੇ ਕਿ ਵੱਡੀ ਖਬਰ ਇਸ ਵੇਲੇ ਸੂਤਰਾਂ ਤੋਂ ਹਵਾਲੇ ਤੋਂ ਅੰਦਰੋਂ ਆ ਰਹੀ ਹੈ ਉਹ ਇਹ ਹੈ ਕਿ ਕੁਲਬੀਰ ਜ਼ੀਰਾ ਜਿਹੜੇ ਕਿ ਫਿਰੋਜ਼ਪੁਰ ਤੋਂ ਵਿਧਾਇਕ ਨੇ ਉਹ ਵੀ ਇੱਥੇ ਇਸ ਮੀਟਿੰਗ 'ਚ ਸ਼ਾਮਿਲ ਹੋਣ ਲਈ ਆਏ ਤਾਂ ਸੀਗੇ ਲੇਕਿਨ ਉਹਨਾਂ ਨੂੰ ਮੀਟਿੰਗ 'ਚ ਸ਼ਾਮਿਲ ਨਹੀਂ ਹੋਣ ਦਿੱਤਾ ਗਿਆ ਇਸ ਤੋਂ ਪਹਿਲਾਂ ਕਿਉਂਕਿ ਉਹਨਾਂ ਨੇ ਪਾਰਟੀ ਦੇ ਅਗੇਂਸਟ ਬਿਆਨਬਾਜ਼ੀ ਕੀਤੀ ਅਤੇ ਉਸ ਤੋਂ ਬਾਅਦ ਸ਼ੋਕੋਜ਼ ਨੋਟਿਸ ਦੀ ਵੀ ਗੱਲ ਸਾਹਮਣੇ ਆਈ ਸੀਗੀ। ਹਾਲਾਂਕਿ ਕੱਲ੍ਹ ਸੁਖਜਿੰਦਰ ਰੰਧਾਵਾ ਦੇ ਨਾਲ ਮੀਟਿੰਗ ਕਰਕੇ ਉਹ ਮੀਟਿੰਗ ਤੋਂ ਬਾਅਦ ਜਦੋਂ ਬਾਹਰ ਨਿਕਲੇ ਸੀਗੇ ਉਹਨਾਂ ਦੇ ਚਿਹਰੇ 'ਤੇ ਇੱਕ ਆਸ਼ਾ ਦੀ ਕਿਰਨ ਨਜ਼ਰ ਆ ਰਹੀ ਸੀਗੀ ਕਿ ਉਹਨਾਂ ਨੂੰ ਬਹਾਲ ਕਰ ਦਿੱਤਾ ਜਾਏਗਾ ਪਾਰਟੀ 'ਚ, ਲੇਕਿਨ ਸ਼ਾਇਦ ਬਹਾਲੀ 'ਤੇ ਉਹਨਾਂ ਦੀ ਸ਼ਾਇਦ ਕੋਈ ਪੱਕਾ ਡਿਸੀਜਨ ਅਜੇ ਤੱਕ ਨਹੀਂ ਲਿੱਤਾ ਗਿਆ ਜਿਹਦੇ ਕਰਕੇ ਉਹਨਾਂ ਨੂੰ ਪਾਰਟੀ 'ਚ ਸ਼ਾਮਿਲ ਨਹੀਂ ਹੋਣ ਦਿੱਤਾ ਗਿਆ। ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ ਅਤੇ ਆਸ਼ਾ ਕੁਮਾਰੀ ਨਾਲ ਉਹਨਾਂ ਦੀ ਮੀਟਿੰਗ ਜਿਹੜੀ ਹੈ ਉਹ ਹੋ ਚੁੱਕੀ ਹੈ, ਲੇਕਿਨ ਮੀਟਿੰਗ ਜਿਹੜੀ ਪ੍ਰੀ ਬਜਟ ਮੀਟਿੰਗ ਹੈ ਉੱਥੇ ਉਹਨਾਂ ਨੂੰ ਸ਼ਾਮਿਲ ਨਹੀਂ ਹੋਣ ਦਿੱਤਾ ਗਿਆ। ਹਾਲਾਂਕਿ ਉਹਨਾਂ ਦਾ ਇੱਥੇ ਆਉਣ ਦਾ ਕਾਰਨ ਸੀਗਾ ਆਪਣੇ ਹਲਕੇ ਦੀ ਸਮੱਸਿਆਵਾਂ ਨੂੰ ਲੈ ਕੇ ਉਹ ਸਾਹਮਣੇ ਮੀਟਿੰਗ ਦੇ ਵਿੱਚ ਆਉਂਦੇ ਅਤੇ ਆਪਣੇ ਸਮੱਸਿਆ ਜਿਹੜੀ ਨੇ ਆਪਣੇ ਹਲਕੇ ਦੀ ਉਹ ਸਾਹਮਣੇ ਰੱਖਦੇ, ਲੇਕਿਨ ਉਹਨਾਂ ਨੂੰ ਮੀਟਿੰਗ 'ਚ ਸ਼ਾਮਿਲ ਨਹੀਂ ਹੋਣ ਦਿੱਤਾ ਗਿਆ। ਅਤੇ ਹੁਣ ਇਸ ਮੀਟਿੰਗ ਤੋਂ ਬਾਅਦ ਪਤਾ ਲੱਗੇਗਾ ਕਿ ਆਲਾ ਕਮਾਨ ਨੇ ਉਹਦੀ ਕੁਲਬੀਰ ਜ਼ੀਰਾ ਦੀ ਬਹਾਲੀ 'ਤੇ ਕੀ ਕੁਝ ਫੈਸਲਾ ਦਿੱਤਾ ਹੈ। ਕੈਮਰਾਮੈਨ ਦੀਪਕ ਦੇ ਨਾਲ ਅਨਮੋਲ ਸਿੰਘ ਗੁਲਾਟੀ, ਦੈਨਿਕ ਸਵੇਰਾ, ਚੰਡੀਗੜ੍ਹ।